ਵੱਡਾ ਖਜ਼ਾਨਾ ਆ, ਇਹ ਕਿੱਡਾ ਵੱਡਾ ਭੰਡਾਰਾ ਵਾ ਇਸ ਰੁਮਾਲੇ ਦੇ ਥੱਲੇ, ਸੋਚਿਆ ਕਦੀ? ਉਸ ਖਜ਼ਾਨੇ ਨਾਲ ਤੇ ਸਾਂਝ ਹੀ ਨਹੀਂ ਪਈ। ਆਪਾਂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਰੁਮਾਲੇ ਪਾਏ, ਮਾਫ ਕਰਿਓ, ਮੇਰਾ ਭਾਵ ਇਹ ਨਾ ਸਮਝੋ ਵੀ ਸ਼ਾਇਦ ਮੈਂ ਕਹਿ ਰਿਹਾ ਰੁਮਾਲਾ ਨਾ ਚੜਾਓ ਗੁਰੂ ਗ੍ਰੰਥ ਸਾਹਿਬ ਨੂੰ, ਭੇਟਾ ਨਾ ਕਰੋ, ਇਹ ਭਾਵ ਨਾ ਸਮਝਿਓ। ਭਾਵ ਇਹ ਆ ਕੱਲੇ ਰੁਮਾਲੇ ਗੁਰੂ ਗ੍ਰੰਥ ਸਾਹਿਬ ਤੇ ਦੇ ਤੇ ਕੀਮਤੀ ਲੱਖ ਦੋ ਲੱਖ ਦਾ ਵੀ ਚੜਾ ਦੇ, ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਲੈਣੀ ਹੈ, ਰੁਮਾਲਾ ਚੜਾਉਣ ਨਾ ਮਿਲ ਜੂਗੀ। ਫਿਰ ਤੇ ਭਾਈ ਲਾਲੋ ਦਾ ਹੋ ਗਿਆ ਨਾ ਗੁਰੂ ਨਾਨਕ, ਮਾਫ ਕਰਨਾ, ਭਾਈ ਲਾਲੋ ਦਾ ਵਾ ਗੁਰੂ ਨਾਨਕ, ਮਲਕ ਭਾਗੋ ਦਾ ਨੀਗਾ। ਉਹ ਦੁਆਪਰ ਯੁੱਗ ਦੇ ਵਿੱਚ ਉਹ ਕ੍ਰਿਸ਼ਨ ਸੁਦਾਮੇ ਦਾ ਵਾ, ਬਿਦਰ ਦਾ ਵਾ, ਦੁਰਯੋਧਨ ਦਾ ਨੀਗਾ। ਉਹ ਠੀਕ ਹੈ, ਪਿਛਲੇ ਸਮਿਆਂ ਦੀ ਗੱਲ ਆ, ਪਰ ਰਾਜਨ ਕੌਣ ਤੁਹਾਰੇ ਆਵੇ? ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੇ, ਗਰੀਬ ਚੰਗਾ ਲੱਗ ਗਿਆ, ਕਿਉਂ? ਉਹਦੇ ਅੰਦਰ ਸ਼ਰਧਾ, ਉਹਦੇ ਕੋਲ ਅੱਖਾਂ ਵਾ, ਗੁਰੂ ਨਾਨਕ ਸਾਹਿਬ ਵਿੱਚ ਉਸ ਨਿਰੰਕਾਰ ਦਾ ਦੀਦਾਰ ਕਰਨ ਵਾਲੀਆਂ ਅੱਖਾਂ ਵਾ ਉਹਦੇ ਕੋਲ। ਨਾਨਕ ਸੇ ਅੱਖੜੀਆਂ ਬਿਆਨ ਜਿਹਨੇ ਡਿਸੰਦੋ ਮਾਪਿਰੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਗੁਰੂ ਨਾਨਕ ਆ, ਕਿਉਂਕਿ ਕਲਗੀਧਰ ਪਿਤਾ ਨੇ ਆਪ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਇੱਕ ਬਚਨ ਸੁਣਿਓ, ਇਹ ਮੇਰੇ ਆਪਣੇ ਨਾਲ ਬੀਤੀ ਗੱਲ ਆ, ਸਾਹਮਣੇ ਬਿਠਾ ਕੇ ਕਿਸੇ ਨੂੰ, ਕਾਫੀ ਦੇਰ ਦੀ ਗੱਲ ਹੈ ਜੀ, ਇਹ ਤਕਰੀਬਨ ਸੰਨ 1998 ਦੀ ਗੱਲ ਹੈ ਜੀ। ਸੰਨ 1998 'ਚ ਵੈਨਕੂਵਰ ਸਮੇਂ ਕੈਨੇਡਾ 'ਚ, ਅਤੇ ਗੁਰਦੁਆਰਾ ਸਾਹਿਬ ਉੱਥੇ ਵੈਨਕੂਵਰ ਆ, ਖਾਲਸਾ ਦੀਵਾਨ ਸੁਸਾਇਟੀ, ਉੱਥੇ ਬੈਠਿਆਂ ਇੱਕ ਬਚਨ ਚੱਲਿਆ ਜੀ। ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ ਸਰਦਾਰ ਹਰਦਿਆਲ ਸਿੰਘ ਜੌਲ, ਇੱਥੇ ਜਗਰਾਓਂ ਦੇ ਨੇੜੇ ਹੀ ਉਹਨਾਂ ਦਾ ਪਿੰਡ ਸੀ, ਅਕਾਲ ਚਲਾਣਾ ਕਰ ਗਏ ਅੱਜ ਕੱਲ੍ਹ। ਉਹ ਸਵੇਰੇ ਮੈਂ ਕਥਾ ਤੋਂ ਉੱਠਿਆ ਅਤੇ ਉਹ ਮੈਨੂੰ ਕਹਿੰਦੇ, ਗਿਆਨੀ ਜੀ ਇੱਕ ਗੱਲ ਕਰਨੀ ਤੁਹਾਡੇ ਨਾਲ। ਮੈਂ ਕਿਹਾ ਜੀ ਦੱਸੋ। ਉਹ ਕਹਿੰਦੇ, ਅੱਜ ਇੱਥੇ ਆਪਣੇ ਗੁਰਦੁਆਰਾ ਸਾਹਿਬ ਨਾ ਇੱਕ ਗੋਰੇ ਆ ਅਤੇ ਉਹਨਾਂ ਦੀਆਂ ਦੋ ਬੱਸਾਂ ਆਉਣੀਆਂ ਇੱਥੇ, ਅਤੇ ਉਹ ਕੋਈ ਟੂਰ ਕੱਢਦੇ ਪਏ ਆ ਧਾਰਮਿਕ ਅਸਥਾਨਾਂ ਦਾ ਘੁੰਮਣ ਫਿਰਨ ਵਾਸਤੇ, ਅਤੇ ਆਪਣੇ ਕੋਲ ਵੀ ਅੱਜ ਉਹਨਾਂ ਨੇ ਆਉਣਾ, ਅਤੇ ਅਸੀਂ ਉਹਨਾਂ ਦੇ ਲੰਗਰ ਪਾਣੀ ਦਾ ਇੰਤਜ਼ਾਮ ਜਿਹੜਾ ਉਹ ਕਰਾ ਦਿੱਤਾ ਵਾ, ਅਤੇ 1:30 ਵਜੇ 1 ਤੋਂ 2 ਵਜੇ ਦੇ ਵਿੱਚ ਉਹਨਾਂ ਨੇ ਆ ਜਾਣਾ। ਅਤੇ ਇਹਨਾਂ ਲੋਕਾਂ ਦੇ ਕਈ ਸਵਾਲ ਹੁੰਦੇ ਆ, ਕੁਐਸਚਨ ਹੁੰਦੇ ਇਹਨਾਂ ਦੇ, ਅਤੇ ਜੇ ਉਹ ਕੋਈ ਸਵਾਲ ਜਵਾਬ ਆਪਾਂ ਨਾਲ ਕਰਨ ਤਾਂ ਤੁਸੀਂ ਮੇਰੇ ਨਾਲ ਰਿਹੋ, ਅਤੇ ਆਪਾਂ ਉਹਨਾਂ ਨਾਲ ਬਚਨ ਬਿਲਾਸ ਵੀ ਕਰਨੇ ਆ। ਮੈਂ ਕਿਹਾ ਜੀ ਠੀਕ ਆ, ਇੱਥੇ ਹੀ। ਮੈਂ ਕਿਹਾ ਜਦੋਂ ਆ ਗਏ ਮੈਨੂੰ ਦੱਸ ਦਿਆ ਜੀ, ਬੁਲਾ ਲਿਓ ਕਮਰੇ 'ਚੋਂ ਮੈਨੂੰ। ਲਓ ਜੀ 1:15 ਹੋਇਆ, ਸੇਵਾਦਾਰ ਮੇਰੇ ਕੋਲ ਸਿੰਘ ਆ ਗਿਆ, ਕਹਿੰਦਾ ਵੀ ਉਹ ਆ ਗਏ ਆ ਜੀ, ਉਹ ਗੋਰੇ ਆ ਜਿਹੜੇ ਅੰਗਰੇਜ਼ ਲੋਕ, ਦੋ ਬੱਸਾਂ ਭਰ ਕੇ ਆਈਆਂ ਜੀ ਉਹਨਾਂ ਦੀਆਂ। ਮੈਂ ਵੀ ਚਲਾ ਗਿਆ ਹਾਲ 'ਚ ਗੁਰਦੁਆਰਾ ਸਾਹਿਬ ਦੇ, ਇਹ ਆਪ ਬੀਤੀ ਗੱਲ ਹੈ ਜੀ। ਅਸੀਂ ਜਦੋਂ ਗਏ ਤਾਂ ਉਹ ਗੋਰੇ ਗੁਰਦੁਆਰਾ ਹਾਲ 'ਚ ਖੜ੍ਹੇ ਜੀ ਸਾਰੇ, ਅਤੇ ਉਹ ਜਿਹੜਾ ਗਰੁੱਪ ਆ ਨਾ ਉਹਨਾਂ ਦਾ, ਉਹਨਾਂ ਦੀ ਜਿਹੜੀ ਆਗੂ ਮੁਖੀ ਸੀ ਉਹਨਾਂ ਦੀ, ਉਹ ਔਰਤ ਹੈ, ਇਸਤਰੀ ਸੀ ਉਹ ਬੀਬੀ ਵੀ ਅੱਗੇ ਖੜ੍ਹੀ। ਉਹ ਹੁਣ ਅਸੀਂ, ਮੈਂ ਗਿਆ, ਪ੍ਰਧਾਨ ਜੀ ਗਏ ਉੱਥੋਂ ਦੇ, ਉਹ ਸਾਰੇ ਹੋਰ ਵੀ ਸੇਵਾਦਾਰ ਸਨ ਜਿਹੜੇ ਨਾਲ, ਪ੍ਰਬੰਧਕ ਵੀ ਸੀ। ਅਸੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਉਹ ਵੀ ਆ ਗਏ। ਉਹ ਹੁਣ ਵੇਖੋ ਗੋਰੇ ਆ ਲੇਕਿਨ ਉਹ ਲੋਕ ਕ੍ਰਿਸਚਨ ਲੋਕ, ਅਤੇ ਉਹ ਪੁੱਛਦੀ ਹੈ ਬੀਬੀ ਵੀ ਇਹ ਕਿਹਨੂੰ ਮੱਥਾ ਟੇਕਦੇ ਜੀ? ਉਹ ਤਾਂ ਗੱਲ ਉਹਨਾਂ ਨੇ ਜਵਾਬ ਦੇ ਦਿੱਤਾ, ਗੁਰਦੁਆਰਾ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਸੀ ਉਹਨਾਂ ਜਵਾਬ ਦੇ ਦਿੱਤਾ ਵੀ ਅਸੀਂ ਇਹ ਸਾਡੇ ਹੋਲੀ ਬੁੱਕ ਆ, ਪੂਜਨੀਕ ਆ, ਗੁਰੂ ਗ੍ਰੰਥ ਸਾਹਿਬ ਆ, ਉਹਨਾਂ ਇੰਗਲਿਸ਼ 'ਚ ਸਾਰਾ ਕੁਝ ਦੱਸਤਾ ਉਹਨੂੰ। ਉਹ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਮੱਥਾ ਟੇਕਦੇ ਜੇ? ਦੁਨੀਆਂ ਵਿੱਚ ਹੋਰ ਵੀ ਕਹਿੰਦੇ, ਸਾਡੇ ਕੋਲ ਬਾਈਬਲ ਵੀ ਹੈਗੀ ਆ, ਕੁਰਾਨ ਵੀ ਆ, ਗੀਤਾ ਆ, ਰਮਾਇਣ ਆ, ਮਹਾਂਭਾਰਤ ਆ, ਪਾਉ ਉਹਨੇ ਆਪਣੇ ਧਰਮ ਦੇ ਮੁਤਾਬਕ 1-2 ਗ੍ਰੰਥਾਂ ਦਾ ਨਾਂ ਲਿਆ, ਵੀ ਤੁਸੀਂ ਇਹਨਾਂ ਨੂੰ ਇੰਨਾ ਨਮਸਕਾਰ ਕਰਦੇ ਆ, ਉੱਤੇ ਇੰਨੀ ਕੀਮਤੀ ਚਾਨਣੀ ਬੰਨੀ ਆ, ਜਿਹੜੀ ਉਹਨਾਂ ਦੀ ਪਾਲਕੀ ਹੈ ਨਾ ਜੀ, ਉਹਨਾਂ ਦੀ ਪਾਲਕੀ, ਉਹ ਬੜੀ ਕੀਮਤੀ ਉਹਨਾਂ ਨੇ ਬਣਾਈ, ਇੰਨਾ ਸ਼ਿੰਗਾਰਿਆ ਤੁਸੀਂ ਸਾਰਾ ਕੁਛ, ਜੋੜੇ ਨਹੀਂ ਅੰਦਰ ਲਿਆ ਸਕਦੇ, ਸਿਰ ਢੱਕ ਕੇ ਆਉਣਾ। ਉਹ ਥੋੜ੍ਹੀ ਜੀ ਹੈਰਾਨ ਹੋਈ, ਸਾਰੇ ਹੈਰਾਨ ਹੋ ਜਿੰਨੇ ਸਨ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਗੁਰਦੁਆਰੇ ਪਹਿਲੀ ਵਾਰੀ ਆਏ ਜੀ? ਉਹ ਕਹਿੰਦੇ ਨੇ 1-2 ਵਾਰੀ ਹੋਰ ਵੀ ਥਾਵਾਂ 'ਤੇ ਅਸੀਂ ਗਏ ਹਾਂ, ਪਰ ਇਹਨੇ ਸਵਾਲ ਜਵਾਬ ਨਹੀਂ ਹੋਏ ਸਾਡੇ। ਅਤੇ ਮੈਂ ਪੁੱਛਿਆ ਪ੍ਰਧਾਨ ਜੀ ਵੀ ਕੀ ਕਹਿੰਦੇ ਆਏ? ਕਹਿੰਦੇ ਵੀ ਇਹ ਆਹ ਗੱਲ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਮੱਥਾ ਟੇਕ ਰਹੇ, ਰੁਮਾਲੇ ਉੱਤੇ ਕੱਪੜੇ ਪਾਏ, ਬਸਤਰ ਦਿੱਤੇ ਉੱਤੇ। ਅਤੇ ਮੈਂ ਗਾਂਹ ਵਧਿਆ ਅਤੇ ਮੈਂ ਮਿਲਿਆ ਉਹਨਾਂ ਨੂੰ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਇੱਕ ਗੱਲ ਹੋਰ ਦੱਸਾਂ ਤੁਹਾਨੂੰ। ਉਹ ਲੇਡੀ ਅੰਗਰੇਜ਼ ਸੀ, ਉਹ ਮੈਨੂੰ ਕਹਿੰਦੀ ਵੀ ਦੱਸੋ।
मैं क्या अजे असी तेनू इन्हों का बैडरूम नहीं दिखाया, इन्हों का बैडरूम ही आ सुखासन स्थान जिन्हों आप कहने हमने महाराज तो सुखासन होएगा लेके जाने आप अदब नाल। मैं क्या तुहानू बैडरूम नहीं दिखाया इन्हों का, वह कहती अच्छा इन्हों का बैडरूम ही है। मैं क्या हाँ दिखाओ, कहती उन्होंने जोड़ा सुखासन स्थान है वह पौड़ियाँ चढ़ के उपर बनया हो गैलरी लै गए जी असं पांच सत्त जाने उन्होंने, वह बीबी भी नाल उन्होंने मुखी है जी। जो अंदर चल गए असी सुखासन स्थान से उत्थे बड़ा कीमती पलंग, हुण थोड़ी जी उत्थे गर्मी भी वैनकूवर च गर्मी जी मई जून के महीने वाह पी ए सी चलाने पेंदे कई बार थोड़े बहुत भावे बहुत ज़्यादा लोड़ नहीं पैंती ए सी लगा उत्थे। सतगुरु पातशाह का पलंग कीमती गद्दे विशे उत्थे कंबल महाराज के उपर सुंदर बस्तर उन्होंने वेख्या। मैं क्या ये आ बैड है इन्हों का, वह कहते माई गाड कहते इन्ना सत्कार अदब। मैं क्या हुण थले आ जाओ आप थले बहने तो हुण कर सवाल, तो इंग्लिश दे विच मेरा हाथ थोड़ा जा कमजोर सीधी गल तो अज भी ये नहीं भी हूँ मैं बहुत ज्यादा आती है माफ करना प्रधान जी। मैनू कहिंदे सरदार हरदयाल सोनी कहिंदे ज्ञानी जी आपां गल्लां इन्हां नाल करने कोई मुश्किल आए मैं तुहाडी गलबात करा देनी। मैं उन्हां नूं पुछ दस्या उह कहिंदे भी तुसीं मैनू ये दसो भी इन्हां नूं मत्था क्यों टेकदे जी, पूजनीक क्यों आ गुरु ग्रंथ साहब। वो जिहड़े लोक है ना जी वह दलील नूं बहुत ज़्यादा मंगदे, एग्जैम्पल है जिहड़ी होवे ठोस दम होवे उहदे च गल च तुहाडी च बड़ी जल्दी वह बंद लोक जिहड़े वह मन जांदे कि हाँ एवें नहीं तर्क करी जाना। आप झूठे भी हो भी सिर अड़ाई जाना अगे साड़ी हालत झूठे नरोल झूठे अगला सच्चा हो पर सिर अड़ा नहीं न जा मैं तेनों वेख लूंगा। इतों तक कहें जी अपने लोग आखो सतनाम श्री वाहे गुण कितों भी मिले ना जी मत मजहबा की नहीं गल जिंदगी का गुण कितों भी मिले जोड़ा हीरा वा वह कितने बहर रूड़ी पर भी पिया वा वो कीमत नहीं की घटती कितों भी मिले गुण लै लेना चाहिए ताड़ी जिंदगी जोड़ा वधिया बनाऊंदा होए। मत्तां मज़हबां दी गल नहीं कर रहा भी कितने नक रगड़ी जाओ जाके ये मेरा मतलब ना समझो गुण। असी बैठे जी उत्थे उन्होंने दस्या भी जिहड़े साडे शरीरक जामे च गुरु साहिबान भगत जन गुरसिख होए आ ये उन्हां दी सारी दी सारी विचारधारा वा उन्हां दी उन्हां दी बाणी आ उन्हां दा फलसफा वा ये सारे उन्हां दे दित्ते सानू सिधांत वा उन्हां दी बनाई सारी मर्यादा वा। जिवें किसी देश का संविधान हुंदा लिखा गया ना वो संविधान उस दायरा बनाता ताडा एक इदां सतगुरु पातशाह ने साडे ते बख्शिश की है। ये धुर की बाणी खसम की बाणी रब्बी बाणी असीं इहनूं मानदे ये धुरों आया कलाम है। कहिंदे कोई होर दलील हाले नहीं गल बनी जी उहदी। मैं सोचा भी होर पासे तुर पैंदे आ आखो सतनाम श्री पर मैं ये गल आखी मैं क्या भी सिस्टर मैं यतन करना भी तुहाडी तसली होए। कहिंदे जी दसो होर कोई गल दसो बैठे असीं सारे। मैं एक उन्होंने बचन सांझा किया जी मैं उन्होंने कहा भी सिस्टर गल ये आ मैडम भी तैनू समझाउण वास्ते कोई भी दलील मैनू देनी पए तू गुस्सा तो नहीं करेगी, हो सकता तैनू मेरी गल माड़ी लगे कोई चुभे तैनू कोई गल। वह कहिंदे दुनिया भर की कोई दलील तू दे मैनू पर मेरी तसली करा भी इनू मत्था टेक दे जे तुसी गुरु ग्रंथ साहब ये उन्हां गुरुआं दी विचारधारा वा उन्हां दा फलसफा वा है जो मर्जी वह कहते मैनू कोई गुस्सा नहीं मैनू जो मर्जी कोई मंदा भला भी कहना तां भी कहो पर मेरे नाल विचार सांझे करो फ्रेंकली इतों तक गल करन तैयार होंदे जी वो लोग पर कहते साडे नाल गल करो। पर एक गल आखां ये उदों दी मैनू याद है सारी इन बिन गल ये बात होई विचार सांझी पर आपां दुनिया नूं इह दस नहीं जे सके अजे तक चेते रखे हुए गल उदन तो मेरे दिमाग च खड़कती कई थावां ते मैं हो सकता सांझी कीती होवे गल बैठे हाँ तो वह कहते कोई भी दलील दो जी। मैं क्या यह जिहड़ा तुहाडा ग्रुप आया जिन्हें बंदे लेडीज़ जेंट्स तुहाडे नाल आ किन्ने जे तुसी कहते जी करीबन असी 70 बंदे 70। मैं क्या तू इन्हां दी मुखी आ आगू आ तू इन्हां दी, वह बीबी कहती जी हाँ। मैं क्या तैनू इन्होंने अपनी आगू मुखी इस करके बनाया वा भी तू नौजवान है यंग है तू सुंदर है नैन नक्श ठीक है तेरे
कपड़े बड़े वधिया पाए तू अपने गाला, तां करके इन्हां ने तेनू अपनी आगू बनाया मुखी। वो मैंने कहते नो नहीं, कहते नहीं। मैं कहा तेनू बॉडी करके तो नहीं ना बनाया, भी तेरी बॉडी शरीर है काया वा जिहड़ी तेरी उहदा करके बनाया तेनू इन्हां ने अपनी आगू मुखी। कहती नहीं, वो बड़ा उठ के ना जिदा थोड़ा जा ना ना, कहती नो नो इट इज नॉट। मैं फिर वो पता की कहें, सारे वेख रहे हूँ बैठे सारे, उन्हें इतने है मारे उंगड़ा दिमाग अकल, मेरे को बुद्धि आ अकल वा, कहती मेरे को नॉलेज है ज्ञान है। जो तो वो मूँह निकलिया ना नॉलेज शब्द है, नॉलेज आ कहती मैनू ज्ञान वा, उस वेले मेरा मत्था खड़किया। मैं क्या गल टकाने आ गई बीबी होना, मैं क्या हूँ आ गई गल टकाने, मैं क्या तुहाडे को नॉलेज है ना ज्ञान है ना तेरे को। वो कहती हाँ। मैं क्या बस इतने रुक जा हूँ तू, कहती करो गल हूँ तुम, मेरी बारी आ गई। मैं क्या बीबा मेरी ये भैने 2 महीने लंघन, 6 महीने लंघन, साल 2 साल रब ना करे, मैं क्या तू सारी जिंदगी बड़ी तंदुरुस्त ते ज्ञानवान रवे, ये मेरी भी अरदास है रब अगे, पर बट रब ना करे 6 महीनों साल 2 साल तेरा दिमाग खराब हो जाए, पागल हो जाए तू पागल। ये जिन्हें 70 बंदे तेरे नाल आ, ये तेनू अपनी आगू बनाउणगे, तेनू अपनी आगू बनाउणगे मेरे, पागल हो जाए तू, तेनू अपनी आगू बनाउणगे मुखी। कहती जी नहीं। मैं क्या शरीर तो तेरा यो ही है, फिर तू हो जाना पागल, शरीर तो नहीं तेरा बदलना ना, तेरा नक, तेरिया अखा, तेरे कान, तेरा मूँह, तेरी जबान, तेरिया लत्तां, तेरे हाथ यो ही रहने। कहती हाँ। मैं क्या फिर इन्होंने ये 70 है जेड़े, इन्होंने फिर तेनू अपनी आगू क्यों नहीं बना। कहती मेरे को ज्ञान नहीं रह जाना, वह नॉलेज नहीं रह जाना मेरे को। मैं फिर तेरी बॉडी से कुछ ना ना हुई, ये ज्ञान ही सारा कुछ होया जेड़ा इन्हों मगर लाई फिर। कहती हाँ। मैं क्या इस ए गुरु भगत सिख भट ये 36 महापुरश बैठे आ, तो उन्होंने 36 महापुरशों का सारे का सारा ज्ञान है, सारा उन्होंने ज्ञान वा है। तो मैनू दस फिर शरीर न मत्था तो नहीं ना टेकना, ये तेरे मगर मगर तुम तू कहनी चलो इधर न तुरो, क्यों तेरे मगर तुरद आ, कहनी मेरे ज्ञान करके। तो मैं क्या फिर ये तेरे अगे सिर झुकाते हो, तेरी रिस्पैक्ट करते हो, तेरा सत्कार आदर माण करते, तेरे आखे भी लगते आए, फिर तेरे शरीर करके तो ना ना हो। कहती शरीर करके तो नहीं, फिर काया करके। मैं तेरी बॉडी करके तो नहीं ना। कहती नहीं। मैं क्या फिर ज्ञान करके या नॉलेज है जी तेरे को। तो मैं क्या इन्ने महापुरश तो गुरुआ का ज्ञान वा है, ये नॉलेज है भंडारा साढ़े को। मत्थे हथ मार के कहती मना, कहती माई गॉड मैनू अज तक दसिया ही नहीं है गल किसी ने। कहती मत्था तो मैं अगे भी बधी रुधी ने माड़ा मोटा फॉरमैलिटी करके टेक लिया, पर कहती हूँ मैनू एक बारी शरदा नाल मत्था टेक लैन दो। शरदा नाल उठ के उन्हें नमस्कार की जी गुरु ग्रंथ साहब महाराज, फिर वो बह के असी गल्लां कीतियां, आओ तुहानू दसीए इहदे च की लिखिया वा, क्योंकि लिमिट है, टाइम की भी लिमिट है, उत्थे अद्धा घंटा सारा असी बहना सी, मुड़ के उन्होंने लंगर पानी छकना सी। मैं क्या बीबा इहदे च इह भी लिखिया अवल अल्लाह नूर पाया कुदरत के सब। जदों ये पंक्ति पढ़ ली ना, मैं क्या प्रधान जी करो अर्थ सुनाओ हूँ इन्हू भी यदा की मतलब ये की बोलता। मैं क्या मैं बोलना वो जो ये लिखिया, करो प्रधान जी ये अर्थ। मैं क्या इनू दसो ये गुरु ग्रंथ साहब सच्चे पातशाह च ये भी लिखिया वा, बिसर गई सब तात पराई जब ते साध संगत मोए पाई, ना को बैरी नहीं बेगाना सगल संग हमको बने। दसो आओ इन लंगर च लैके चलिए, इन्हों विखाओ पंगत, इन्हों विखाओ फ्री किचन, ये सारे का सारा कुछ फ्री है। रज के छके जाओ, भावें इतने 2 आन तो भावें 5 आन तो भावें 5,000 आए तो भावें 5 लाख आए, इतने ढिड भर के ही जाएंगे, भुखा नहीं जा सकता कोई। पर एक गल आखी जी उन्हें, लंगर च चले गए जी असं थले, एक गल आखी उन्हें बीबा ने, वो कहती जिहो जिहा धर्म तो धर्म के असूल तो विचारधारा तुहाडे कोल आ, कहती मैं ये महसूस करती हाँ तुसी अपने मत बारे ते धर्म बारे ते इस महान ज्ञान ते इस महान भंडारा जिहड़ा खजाना तुहाडे कोल आ, तुसी सारी दी सारी दुनिया नू दस नहीं सके, तुसी दस नहीं सके।
ਇਹ ਠੀਕ ਆ। ਸਾਰੇ ਵਰਲਡ ਦੇ ਵਿੱਚ ਗੁਰਦੁਆਰਾ ਸਾਹਿਬ ਹੈਗੇ ਆ, ਗੁਰਦੁਆਰੇ ਜਾਂਦੇ ਆਪਾਂ, ਪਰ ਸੱਜਣੋ ਜਿਵੇਂ ਉਹਨਾਂ ਮਤਾਂ ਮਜ਼ਹਬਾਂ ਦੀਆਂ ਲੋਕਾਂ ਨੇ, ਉਹਨਾਂ ਕ੍ਰਿਸਚਨ ਲੋਕਾਂ ਨੇ, ਕਦੋਂ ਤੋਂ ਆਇਆ ਧਰਮ ਜੀ ਉਹਨਾਂ ਦਾ ਇੱਥੇ, ਉਹਨਾਂ ਦਾ ਮਜ਼ਹਬ ਕਦੋਂ ਤੋਂ ਆਇਆ, ਜਦੋਂ ਤੋਂ ਅੰਗਰੇਜ਼ ਲੋਕ ਆਏ ਇੱਥੇ। ਈਸਟ ਇੰਡੀਆ ਕੰਪਨੀ ਦਾ ਨਾਂ ਸੀ ਉਹਨਾਂ ਦੀ, ਦਾ ਜਦੋਂ ਆਈ ਆ ਉਦੋਂ ਆਏ ਆ। ਮੈਂ ਇੱਕ ਜਗ੍ਹਾ 'ਤੇ ਪੜ੍ਹਿਆ ਜੀ ਆ ਤਾਜ਼ਾ, 12 ਕਰੋੜ ਕ੍ਰਿਸਚਨ ਆ, 12 ਤੋਂ ਉੱਤੇ ਭਾਵੇਂ ਟੱਪ ਗਏ ਹੋਣ, ਕਹਿੰਦੇ ਇੰਡੀਆ 'ਚ 12 ਕਰੋੜ ਕ੍ਰਿਸਚਨ ਆ ਇੰਡੀਆ 'ਚ। ਔਰ ਇੱਕ ਹੋਰ ਗੱਲ ਤੁਹਾਨੂੰ ਦੱਸਾਂ, ਦੁਆਬੇ ਦੇ ਵਿੱਚ ਖਾਸ ਕਰਕੇ ਹੋਣਗੇ ਤਾਂ ਆਪਣੇ ਨੇੜੇ ਤੇੜੇ ਵੀ ਕਿਤੇ, ਦੁਆਬੇ ਦੇ ਵਿੱਚ ਛੋਟੇ ਛੋਟੇ ਕਸਬੇ ਆ ਨਾ ਜਿਹੜੇ ਕਸਬੇ, ਉਹਨਾਂ ਵਿੱਚ ਚਰਚ ਬਣਨ ਲੱਗ ਪਏ ਆ। ਚਰਚ ਹੁਣ ਤਾਜ਼ੇ, ਬੀਤੀ ਗੱਲ ਨਹੀਂ ਕਰਦਾ ਕੋਈ 5 ਸਾਲ 10 ਸਾਲ, ਹੁਣ ਆ ਸਾਲ 2-4-5 ਸਾਲਾਂ ਦੇ ਵਿੱਚ ਦੀ ਗੱਲ ਕਰ ਰਿਹਾ। ਦੁਆਬੇ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਚਰਚ ਬਣ ਗਏ ਨਵੇਂ। ਇੱਕ ਦੁਆਬੇ 'ਚ ਹੋਰ ਚੀਜ਼ ਬਿਮਾਰੀ ਇੱਕ ਹੋਰ ਲੱਗ ਗਈ ਜੇ ਆਪਾਂ ਨੂੰ, ਨਵੀਆਂ ਬਿਮਾਰੀਆਂ ਜੇ ਸਾਰੀਆਂ, ਜ਼ਿਆਦਾ ਹਾਲਤ। ਪਹਿਲਾਂ ਸਿਰ ਪੀੜ ਹੀ ਹੁੰਦੀ ਸੀ, ਉਹ ਬੁਖਾਰ ਵੀ ਚੜ੍ਹ ਗਿਆ ਮੁੜ ਕੇ। ਬੁਖਾਰ ਚੜ੍ਹਨ ਤੋਂ ਬਾਅਦ ਉਹ ਜਿਹੜਾ ਲੰਮਾ ਬੁਖਾਰ ਨਹੀਂ ਲੱਥਦਾ ਕਈ ਕਈ ਦਿਨ, ਕੀ ਨਾਂ ਲੈਂਦੇ ਉਹਦਾ ਬੁਖਾਰ ਦਾ, ਟਾਈਫਾਈਡ, ਉਹ ਹੋ ਜਾਂਦਾ ਹੌਲੀ ਹੌਲੀ, ਹੁੰਦਾ ਸਿਰ ਪੀੜ ਤੋਂ ਹੀ ਸ਼ੁਰੂ ਆ। ਮਾੜੀ ਮਾੜੀ ਸਿਰ ਦਰਦ ਹੋਈ ਹੈ ਤਾਂ ਸੈਰੀਡਾਊਨ ਖਾ ਲਈ, ਕੌਂਬੀ ਫਲੇਮ ਖਾ ਲਈ, ਹੋ ਸਕਦਾ ਠੀਕ ਹੋ ਜੇ। ਪਰ ਜੇ ਸਿਰ ਦਰਦ ਤੋਂ ਤਾਪ ਚੜ੍ਹ ਗਿਆ, ਬੁਖਾਰ ਚੜ੍ਹ ਗਿਆ, ਅਤੇ ਬੁਖਾਰ ਚੜ੍ਹ ਕੇ ਟਾਈਫਾਈਡ, ਅਤੇ ਉਹ ਫਿਰ ਅੰਦਰ ਜਾ ਕੇ ਕਈ ਨੁਕਸ ਹੋਰ ਪੈਦਾ ਕਰਨ ਲੱਗ ਪੈਂਦਾ ਵਾ। ਚਰਚ ਵੀ ਬਣ ਗਏ, ਔਰ ਸੱਜਣੋ ਖਾਸ ਕਰਕੇ ਦੁਆਬੇ 'ਚ ਇੱਕ ਚੀਜ਼ ਬਣ ਰਹੀ, ਜਠੇਰੇ ਖੇਤਾਂ ਦੇ ਵਿੱਚ ਖਾਸ ਕਰਕੇ ਬਣਦੇ ਉਹ, ਖੇਤਾਂ 'ਚ, ਖੇਤਾਂ ਦੇ ਵਿੱਚ ਨਿੱਕੀ ਜੀ ਮਮਟੀ ਜੀ ਬਣਾ ਕੇ ਨਾ, ਅਤੇ ਉਹਦੇ ਵਿੱਚ ਦੀਵਾ ਜਗਾ ਤਾ, ਚਿੱਟੀ ਕਲੀ ਫੇਰ ਦਿੱਤੀ ਉੱਤੇ, ਪੁੱਤ ਵਿਆਹੁਣਾ ਜੇ ਜੇ ਮੁੰਡਾ ਵਿਆਹਿਆ ਤਾਂ ਪੁੱਤ ਨੂੰ ਅਤੇ ਨੂੰਹ ਨੂੰ ਵੀ ਉੱਥੇ ਮੱਥਾ ਟੇਕਣ ਲੈ ਕੇ ਜਾਣਾ ਵਾ। ਜੇ ਕੁੜੀ ਵਿਆਹੀ ਆ ਅਤੇ ਕੁੜੀ ਨੇ ਜਦੋਂ 2-4-10 ਦਿਨਾਂ ਬਾਅਦ ਆਉਣਾ ਵਾਪਸ ਪੇਕੇ, ਜਵਾਈ ਨੇ ਵੀ ਆਉਣਾ ਨਾਲ, ਫਿਰ ਧੀ ਜਵਾਈ ਨੂੰ ਵੀ ਉੱਥੇ ਮੱਥਾ ਟੇਕਣ ਲੈ ਕੇ ਜਾਣਾ। ਅਤੇ ਤੁਸੀਂ ਕਿਤੇ ਵੀ GT ਰੋਡ ਦੇ ਉੱਤੇ, ਲਿੰਕ ਰੋਡਾਂ ਦੇ ਉੱਤੇ ਕਦੇ ਜਾਓਗੇ ਨਾ, ਅਤੇ ਜਿਹੜੀਆਂ ਰੋਡਾਂ ਉਹਦੇ ਕਿਨਾਰੇ ਦੇ ਉੱਤੇ ਆਪਣੀ ਜਾਤ ਗੋਤ ਦਾ ਨਾਂ ਲਿਖ ਕੇ ਅਤੇ ਲਿਖਿਆ ਵਾ ਫਲਾਣੀ ਗੋਤ ਦੇ ਜਠੇਰੇ, ਨਾਲ ਤੀਰ ਦਾ ਨਿਸ਼ਾਨ ਦਿੱਤਾ ਵਾ ਵੀ ਇੱਧਰਲੇ ਪਾਸੇ ਨੂੰ, ਅਤੇ ਜਦੋਂ ਉੱਧਰ ਨੂੰ ਵੇਖਦੇ ਨਾ ਖੇਤਾਂ ਵੱਲ, ਅਤੇ ਉਹ ਛੋਟੀ ਜਿਹੀ ਮਮਟੀ ਜੀ ਬਣੀ ਆ, ਅਤੇ ਉੱਥੇ ਮੱਥੇ ਟੇਕੀ ਜਾਂਦੇ ਹੋ। ਮਨ ਮੱਤ ਵਾ ਇਹ, ਕਲਗੀਧਰ ਪਾਤਸ਼ਾਹ ਦਾ ਦਿਹਾੜਾ ਮਨਾ ਰਹੇ ਜੇ, ਖਾਸ ਕਰਕੇ ਇਹ ਮਾਲਵੇ 'ਚ ਵੀ ਹੈਗਾ ਠੀਕ ਹੈ, ਪਰ ਉੱਧਰ ਜ਼ਿਆਦਾ ਹੋ ਗਿਆ ਇਹ ਕੰਮ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ, ਮਟ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਇਹ ਸੱਚ ਆਖਿਆ ਕਰੋ ਕਲਗੀਧਰ ਪਾਤਸ਼ਾਹ, ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਜੇ ਤੁਸੀਂ, ਉਹ ਖੁਦ ਇਹ ਗੱਲ ਕਹਿ ਰਹੇ ਆ। ਕਲਗੀਧਰ ਪਾਤਸ਼ਾਹ ਖੁਦ ਇਹ ਗੱਲ ਕਹਿ ਰਹੇ ਆ ਕਿ ਮੈਂ ਸੰਸਾਰ ਵਿੱਚ, ਜਿਸ ਜਗਤ ਵਿੱਚ, ਇਸ ਦੁਨੀਆਂ 'ਚ ਮੈਂ ਮੂਨ ਧਾਰਨ ਕਰਕੇ ਨਹੀਂ ਰਹਿਣਾ। ਜਿਮ ਜਿਮ ਕਹੀ ਤਿਵੇਂ ਤਿਵ ਕਹੋ, ਮਿਰਤ ਲੋਕ ਤੇ ਮੂਨ ਨਾ ਰਹੇ ਹੋ। ਕਲਗੀਧਰ ਪਾਤਸ਼ਾਹ ਕਹਿੰਦੇ ਮੂਨ ਮਤਲਬ ਕਿਤੇ ਕੂੜ ਦਾ ਪਸਾਰਾ, ਕਿਤੇ ਮਰਿਆਦਾ ਧਰਮ ਦੇ ਉਲਟ ਕੰਮ ਪਖੰਡ ਚੱਲ ਰਿਹਾ ਵਾ। ਅਤੇ ਬਾਜਾਂ ਵਾਲੇ ਦਾਤੇ ਨੇ ਆਖਿਆ ਮਿਰਤ ਲੋਕ ਤੇ ਮੂਨ ਨਾ ਰਹੇ ਹੋ, ਮੈਂ ਚੁੱਪ ਕਰਕੇ ਨਹੀਂ ਰਹਿਣਾ, ਮੈਂ ਚੁੱਪ ਕਰਕੇ ਬੈਠਾ ਰਹਾਂ। ਕਿਤੇ ਧਰਮ ਦੇ ਉਲਟ ਕੰਮ ਹੋ ਰਿਹਾ ਅਤੇ ਮੈਂ ਚੁੱਪ ਕਰਕੇ ਬੈਠਾ ਰਹਾਂ। ਪਾਤਸ਼ਾਹ ਕਹਿੰਦੇ ਇਹ ਨਹੀਂ ਹੋ ਸਕਦਾ, ਮੈਂ ਚੁੱਪ ਨਹੀਂ ਰਹਿ ਸਕਦਾ, ਮੈਂ ਸੱਚ ਬਿਆਨ ਕਰਨਾ ਵਾਂ। ਔਰ ਇਹ ਚੇਤੇ ਰੱਖਿਓ ਸੱਜਣੋ, ਉਹ ਜਿਹੜੀ ਜੋਤ ਉਹ ਆ ਜੁਗਤ ਸਾਏ ਸੀ ਨਾ, ਜੋਤ ਗੁਰੂ ਨਾਨਕ ਦੀ 10ਵੇਂ ਪਾਤਸ਼ਾਹ ਤੱਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆ। ਪਰ ਇੱਕ ਜੋਤ ਦੇ ਨਾਲ ਨਾਲ ਹੋਰ ਗੱਲ ਦੱਸਦਾ ਤੁਹਾਨੂੰ, ਇੱਕ ਪਾਸੇ ਬਾਬੇ ਕੇ ਅਤੇ ਦੂਸਰੇ ਪਾਸੇ ਬਾਬਰ ਕੇ, ਉਹ ਵੀ ਨਾਲ ਨਾਲ ਹੀ ਚੱਲਦੇ ਰਹੇ ਆ, ਉਹ ਵੀ ਨਾਲ ਨਾਲ ਬਾਬਰ ਕੇ। ਗੁਰੂ ਨਾਨਕ ਦੇਵ ਸਾਹਿਬ ਬਾਬੇ ਤੋਂ ਹੀ ਸ਼ੁਰੂ ਹੋ ਗਏ, ਔਰ ਬੜਾ ਥੋੜ੍ਹਾ ਜਿਹਾ ਫਰਕ ਜੇ ਚੇਤੇ ਰੱਖਿਓ ਵੀ, ਇੱਧਰੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਵਿੱਚ ਆਏ ਆ ਅਤੇ ਸੰਸਾਰ ਜਗਤ ਵਿੱਚ ਵਿਚਰ ਰਹੇ ਆ, ਦੁਨੀਆਂ ਨੂੰ ਉਤਾਰ ਰਹੇ ਆ, ਉੱਧਰੋਂ ਏਮਨਾਬਾਦ ਬਾਬਰ ਆ ਜਿਹੜਾ ਕਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇਂ ਲਾ ਲਓ, ਉਹ ਵੀ ਉੱਧਰਲੇ ਪਾਸਿਓਂ ਬਾਬਰ ਵੀ ਆ ਗਿਆ। ਔਰ ਲਗਾਤਾਰ ਇਹ ਟੱਕਰ ਜਿਹੜੀ ਹੈ ਇਹ ਜਾਰੀ ਰਹੀ। ਇੱਕ ਦਲੀਲ ਦੇ ਦਾਂ ਇਹਦੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 5ਵੇਂ ਜਾਮੇ 'ਚ ਗੁਰੂ ਨਾਨਕ ਦੀ ਜੋਤ ਸ਼ਹਾਦਤ ਦਾ ਜਾਮ ਪੀਂਦੇ ਆ ਅਤੇ ਉਹਨਾਂ ਨੂੰ ਜਹਾਂਗੀਰ ਬਾਦਸ਼ਾਹ ਸ਼ਹੀਦ ਕਰਦਾ ਵਾ, ਅਤੇ ਗੁਰੂ ਅਰਜਨ ਦੇਵ ਦੇ ਬਾਅਦ ਗੁਰੂ ਅਰਜਨ ਦੇਵ ਦਾ ਪੋਤਰਾ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਹਾਂਗੀਰ ਦਾ ਪੋਤਰਾ
औरंगजेब शहीद करदा। सोचो कदे बाबे के ते बाबर के, ये जड़ी जोत वह चल रही है ना, ये नाल नाल बाबर के भी चल रहे आ। गुरु अर्जन देव साहब तो बाद गुरु जामे च शहादत हुई नौवें पातशाह दी, ये भी दादा पोता गुरु अर्जन देव ते गुरु तेग बहादुर साहब। और कमाल दी गल है भी इन्हां नूं शहीद करन वाले भी जहांगीर ते नौवें गुरदेव नूं औरंगजेब, वह भी दादा पोता। भाव इन्नी ज़्यादा ये टक्कर लगातार जारी रही। पर चेते रखियो सजनों, गुरु नानक दा घर, गुरु नानक दा दर, जे अज धन श्री गुरु ग्रंथ साहब महाराज सच्चे पातशाह वा, ते टक्कर अज भी उस तरह लगातार चल रही। ये मत समझो भी अज वो टक्कर वाली गल जी है वह मुक गई है। जिवें सत्कारयोग प्रधान साहब अज जदों दास ने बैठना सी कथा, तो वचन कर रहे सन 2021 तक की गल, तो सजनों वो ये टक्कर ही आए। यदा भाव यो, क्योंकि तुहानू कदे जहांगीर, कदे औरंगजेब, कदे जकरिया खां, कदे फरकशियर, तुहानू जबरदस्ती कदे जकरिया खां वर्गे मीर मनू वर्गे, तुहानू जबरदस्ती मुसलमान बनन वास्ते तुहाडे ते दबाव पाउंदे रहे। ते जे वह मुसलमान बनन वास्ते दबाव पाउंदे सी, असीं उदों ना झुके, असीं उदों बंद बंद कटा ले, असीं उदों चरखड़ियां ते चढ़ गए, असीं उदों खोपड़ियां लवा लियां, असीं उदों आरियां नाल चीरे गए, असीं उदों सरहंद दीआं दवारां च खलो गए। ते माफ करियो, सोच अज भी उहो ही आ। वह औरंगजेब, जहांगीर, जकरिया खां, मीर मनू, फरकशियर, वह मुसलमान बनाउण वास्ते दबाव पाउंदे ते जोर लाउंदे सन। अज कोई तुहानू ब्राह्मणी मत ते विपरन की रीत अपनाउण वास्ते तुहानू कोई दबाव पाउण दी कोशिश करे, ते चेते रखियो, असीं खोपड़ियां लवा सकदे हां, बंद बंद कटा सकदे हां, चरखड़ियां ते चढ़ सकदे हां, आरियां नाल आपा चरवा सकदे हां, जमूरां नाल मास तड़वा सकदे हां, सरहंद दीआं नीहां च आपा चणवा सकते हैं, असीं अपने पुत्तां दा कढ़िया होया कालजा साडे मूँह च वी तुन्नण तां वी असीं धर्म नहीं हारदे। असीं ओह लोक हाँ, असीं बच्चियां दे दुध चुंघदे बच्चे, जिन्हां दे दंद वी नहीं उगे अजे, उन्हां बच्चियां दे टुकड़े टुकड़े करा के गलां च हार पवा सकते हैं, बच्चियां नूं नेजियां ते टंगा सकते हैं। असीं बच्चियां दे टुकड़े ऐदां झोली अड के अपने पुत्तां दे टोटे असीं झोलियां च पवा सकते हाँ, पर धर्म दी खातर असीं जो भी तसीहा होवे असीं चल सकते हाँ, पर असीं झुक नहीं सकते, किसी के गुलाम नहीं हो सकते, दशमेश पिता की सिखी वाले पासे पिठ नहीं कर सकते। क्योंकि जे उस वेले गुरु अर्जन देव साहब गुरु नानक की जोत आ, उस वक्त गुरु तेग बहादुर साहब गुरु नानक की जोत आ, जे बाजा वाले दे पुत शहीद हुंदे आ ते ओ बाजा वाला गुरु नानक दी जोत आ, ते जे उदों नहीं असीं झुक सकदे, किसे दे गुलाम नहीं रह सकदे, असीं आजाद आ ते सच दे उत्ते पहरा देण वाले आ, ते कोई भी साडा सिर जिहड़ा अणख वाला सिर जीन शान नाल जीन वाला सीस कोई झुका नहीं सकदा। ते जे ओ दशमेश, जे ओ गुरु अर्जन देव साहब, ओ गुरु तेग बहादुर साहब गुरु नानक दी जोत आ, जोत ओह जुगत साए, अज श्री गुरु ग्रंथ साहब साडे वास्ते दसां पातशाहियां दी जोत आ, असीं गुरु ग्रंथ साहब दी विचारधारा नूं नहीं छड्ड सकदे, आपां कटा सकदे हां, लहू डोल सकदे हां, असीं बंदूकां दीआं गोलियां खा सकदे हां, सिर लुहा सकदे हां, पर तेरी दित्ती साबत सूरतता ते सरदारी नूं कलंकत नहीं कर सकदे। ये ठीक है ਵੀ ਅੱਜ ਅਸੀਂ ਪਤਤ ਪੁਣੇ ਦੀ ਗੱਲ ਕਰਦੇ ਹਾਂ ਵੀ ਸਾਡੇ 'ਚ ਬਹੁਤ ਪਤਤ ਪੁਣਾ ਬੜੇ ਨਸ਼ੇ, ਸੱਚ ਵਾ ਇਹ ਮੈਂ ਕਈ ਵਾਰੀ ਸਾਂਝੀ ਕੀਤੀ ਆ ਤੁਹਾਡੇ ਨਾਲ ਗੱਲ ਹੈ, ਪਰ ਇਹ ਗੱਲ ਆਖਾਂ ਜੀ ਤੁਹਾਨੂੰ, ਸੀਸ ਗੰਜ ਸਾਹਿਬ ਗੁਰਦੁਆਰਾ ਦਿੱਲੀ, ਬਹੁਤ ਸਾਲਾਂ ਦੀ ਗੱਲ ਆ, ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਉੱਥੇ ਕਥਾ ਕਰਕੇ ਨਿਕਲੇ, ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ 'ਤੇ ਕੁਝ ਦਿਨ ਲਗਾਤਾਰ ਉੱਥੇ ਕਥਾ ਕਰਦੇ ਸਨ। असी भी सौ दिनों च उत्थे असी होर गुरद्वार सेवा निभानी सी, भावें मैं बहुता समा उन्होंने नाल तो नहीं रहा, पर संगत समय समय से करन दा मौका मिलता रहा। गुरु तेग बहादुर साहब सच्चे पातशाह शहादत तो एक दिन पहला दी गल है, अगले दिन पुरब सीगा, कथा करके बाहर निकले, जोड़े पाउन लगे तो एक बंदा आ गया जी कोल, उन्हें एक गल आखी जो कन्नी सुनी तो अखी वेखी तुम दसन लगा। वो कहिंदा भी गुरु तेग बहादुर साहब सच्चे पातशाह ने हिंदुओं की खातर, पंडतां ब्राह्मणा की खातर अपना सीस लुआया, जिहड़ा पुरब चल रहा ते कल नूं आ रहा, पर
कदे समा सीगा हिंदुस्तान दे विच सारे दे सारे लोग जदों राजा अशोक बुद्धी बन गया उन्हें बुद्ध धर्म ग्रहण कर लिया उन्हें राजे अशोक ने। एक गल तुहानू होर दसदा राजे अशोक तो बेनती च बेनती दे रूप च जदों राजा अशोक बुद्धी बनया ना जी वह महात्मा बुद्ध नू मनन लग पिया उस वेले इंडिया की राजधानी बदल दिती उन्हें बंदे ने एडा तकड़ा श्रद्धा रखता से सारा हिंदुस्तान उन्हें बुद्धी बनाता से सारा हिंदुस्तान बुद्ध महात्मा बुद्ध नू मानदा सी उहदे हुंदिया इन्ना प्रचार किया उन्हें बंदे ने राजे अशोक ने। अज सानू कोई पुछे राजे अशोक वेले भारत की राजधानी कहड़ी सी जिथे बह के राज करदा सीगा अज ते साहबजादियां दे दिन होण कलगीधर पातशाह दा दिहाड़ा होवे आपां कई वारी चार कदम घरां तों चल के गुरद्वारे नहीं आउंदे असी लाहा लैण वास्ते रजाइयां च वड़े रहिंदे आपां पर माफ करिओ राजा अशोक जदों बोधी बनिया महात्मा बुद्ध ते निश्चा लैंदा इहने ओ सज्जनो ना दिल्ली ना आगरा उहदे वेले इहनां दोनों चों कोई राज क्योंकि आगरा भी राजधानी रही है इंडिया की ना दिल्ली ना आगरा कोई भी नहीं सी राजधानी। वह कहिंदा जिथे महात्मा बुद्ध नूं ज्ञान होया ना मेरे मुरशद नूं गया उन्हें अपने आखिरी दम तक उन्हें इंडिया की राजधानी गया बना दी। वह कहिंदा मैं इत्थे ही रहूँगा इतों ही रह के क्योंकि डिक्टेटरशिप सी उस वेले वह कहिंदा इतों ही मेरा हर हुक्म चलेगा ये मेरे मुरशद का अस्थान है। इन्ना प्यार करता सी सुरत उत्थे रखियो सीसगंज साहब वह कहिंदे कदे वक्त सीगा राजे अशोक ने सारा हिंदुस्तान बोधी बनाता उन्हें बुद्ध नूं मनण वाला पर समा पिया सनातनी मत ने जिन्हों विपर का मत ब्राह्मणी मत हिंदू मत अज तुसी कहिंदे जे की होया वो बंदे दा सवाल वेखो मस्कीन जी नाल सवाल किया उन्हें अजी तो कोल खलोते हैं छोटे सां सी उदों कुछ साल पहला दी गल है उदों भी वो कहिंदा सनातनी मत ने बुद्ध मत नूं अपनी कश विच लै लिया ऐदां करे जी वो बंदा साडे सामने कहिंदा बुद्ध मत नूं हिंदू सनातनी मत ने अपनी कश च लै लिया ते लिया उन्हें प्यार नाल ते कहिंदा हौली हौली प्यार नाल उन्हें इहनूं लै के कश च ते हौली हौली इहदा गला घुट दिता। किहदा गला घुटता बुद्ध धर्म का। अज भारत च तुहानूं बोधी जिहड़े आ उह नज़र नहीं आउंदे सारा हिंदुस्तान बोधी सी उहदे वेले कहिंदा हौली हौली इन्हां ने उहदा गला घुटता। हुण बर्मा दे विच थाईलैंड दे विच तुहानूं कुछ बोधी लोग है जिहड़े उह मिलदे उत्थे थाईलैंड च भी बोधी। हुण मस्कीन जी कहिंदे कहना की चाहुंदा तूं गुरमुखा कहिंदे मैं इह कहना चाहुंदा कि हुण ਇਹ ਕਈ ਸਾਲ ਪਹਿਲਾਂ ਦੀ ਗੱਲ ਵਾ ਏ ਕਹਿੰਦਾ ਹੁਣ ਹੌਲੀ 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 ਉਹਨਾਂ ਨੇ ਸਿੱਖੋ ਤੁਹਾਨੂੰ ਆਪਣੀ ਕਸ਼ ਚ ਲੈਣਾ ਸ਼ੁਰੂ ਕਰ ਲਿਆ ਤੇ ਹੌਲੀ ਹੌਲੀ ਕਸ਼ ਚ ਲੈ ਕੇ ਤੇ ਗਲਾ ਘੁੱਟਣਾ ਘੁੱਟਣ ਦੀ ਤਿਆਰੀ 'ਚ ਹੋ ਗਏ ਆ ਤਿਆਰੀ 'ਚ ਹੋ ਗਏ ਹੋ ਤੁਸੀਂ ਇਹਦੇ ਬਾਰੇ ਮਸਕੀਨ ਜੀ ਕੀ ਕਹਿਣਾ ਚਾਹੁੰਦੇ ਜੇ। ਗੱਲ ਬੜੀ ਵਧੀਆ ਆਖੀ ਜੀ ਉਹਨਾਂ ਨੇ ਵਿਦਵਾਨ ਸਨ ਅਸੀਂ ਅੱਜ ਵੀ ਉਹ ਸਰੀਰ ਕਰਕੇ ਸਾਡੇ ਕੋਲ ਨਹੀਂ ਅਸੀਂ ਪ੍ਰਚਾਰਕ ਲੋਕ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਹਾਂ ਆਪਣੀ ਗੱਲ ਕਰ ਰਿਹਾ ਮੈਂ। ਉਹ ਪਤਾ ਕੀ ਕਹਿੰਦੇ ਕਹਿੰਦੇ ਸੱਜਣਾ ਇਹ ਠੀਕ ਹੈ ਵੀ ਉਹਨਾਂ ਨੇ ਗਲ ਘੁੱਟਤਾ ਉਹਦਾ ਬੋਧੀਆਂ ਦਾ ਬੁੱਧ ਧਰਮ ਦਾ ਪਰ ਸੱਜਣਾ ਤੈਨੂੰ ਇੱਕ ਗੱਲ ਦਾ ਪਤਾ ਵੀ ਜਿਹੜੇ ਬੋਧੀ ਸਨ ਬੁੱਧ ਧਰਮ ਨੂੰ ਮੰਨਣ ਵਾਲੇ ਉਹਨਾਂ ਕੋਲ ਸ਼ਮਸ਼ੀਰ ਨਹੀਂ ਸੀ ਹੈਗੀ ਉਹ ਸ਼ਸਤਰਧਾਰੀ ਨਹੀਂ ਸਨ ਉਹਨਾਂ ਦੇ ਧਰਮ 'ਤੇ ਕੋਈ ਹਮਲਾ ਕਰੇ ਉਹਨਾਂ ਦੇ ਧਰਮ ਦਾ ਕੋਈ ਗਲ ਘੁੱਟਣ ਦੀ ਕੋਸ਼ਿਸ਼ ਕਰੇ ਅਤੇ ਉਹ ਲੜਨਾ ਨਹੀਂ ਸਨ ਜਾਣਦੇ ਉਹਦਾ ਮੁਕਾਬਲਾ ਕਰਨਾ ਨਹੀਂ ਸਨ ਜਾਣਦੇ ਅਤੇ ਜੰਗ ਦੇ ਮੈਦਾਨ 'ਚੋਂ ਜੂਝਣਾ ਨਹੀਂ ਸਨ ਜਾਣਦੇ ਕਿਉਂਕਿ ਜਿਹੜੇ ਬੋਧੀ ਇਹ ਅਹਿੰਸਾਵਾਦੀ ਹੈ ਸ਼ਮਸ਼ੀਰ ਨਹੀਂ ਹੈਗੀ ਉਹਨਾਂ ਕੋਲ ਸ਼ਸਤਰ ਨਹੀਂ ਗੇ ਸੰਤ ਪੁਣਾ ਉਹਨਾਂ ਕੋਲ ਹੈਗਾ ਵਾ ਪਰ ਸਿਪਾਹੀ ਪੁਣਾ ਨਹੀਂ ਹੈਗਾ ਠੀਕ ਹੈ ਉਹਨਾਂ ਦਾ ਸਤਿਕਾਰ ਆ ਉਹ ਆਪਣੇ ਮਤ ਨੂੰ ਮੰਨਦੇ ਠੀਕ ਹੈ ਸੰਤ ਪੁਣਾ ਉਹਨਾਂ ਕੋਲ ਸਿਪਾਹੀ ਪੁਣਾ ਸੂਰ ਵੀਰਤਾ ਨਹੀਂ ਹੈਗੀ ਉਹਨਾਂ ਕੋਲੇ ਅਤੇ ਉਹ ਅੱਗਿਓਂ ਹੋੜ ਕੇ ਕਹਿੰਦਾ ਮਸਕੀਨ ਜੀ ਫਿਰ ਕਹਿੰਦੇ ਸਾਡੇ ਧਰਮ ਵਾਲੇ ਪਾਸੇ ਕੋਈ ਬੁਰੀ ਨਜ਼ਰ ਨਾਲ ਤੱਕੇ ਅਸੀਂ ਇਕੱਲਾ ਸੰਤ ਪੁਣਾ ਹੀ ਨਹੀਂ ਅਸੀਂ ਸੰਤ ਪੁਣੇ ਵਿੱਚ ਸਿਰ ਦੇ ਦਿੰਦੇ ਹਾਂ ਅਤੇ ਜੇ ਕੋਈ ਸਾਡੇ ਧਰਮ ਵਾਲੇ ਪਾਸੇ ਬੁਰੀ ਨਜ਼ਰ ਨਾਲ ਤੱਕੇ ਤਾਂ 3 ਫੁੱਟੀ ਮਿਆਨ ਦੇ ਵਿੱਚੋਂ ਸ਼ਮਸ਼ੀਰ ਕੱਢ ਕੇ ਉਹਦਾ ਸਿਰ ਲਾਹ ਵੀ ਲੈਂਦੇ ਹਾਂ। ਬੋਲੇ
सानू कला सिर देना नहीं सिखाया भी सिर देना वा, धर्म ते सच दी खातर सानू सिर लाउणा नहीं सिखाया, लाउणा नहीं सिखाया। सोचियो कदे, क्योंकि ये जड़ा जीवन है इन्हों का ना सिखा दा, साड़ी शुरुआत ही जड़ी है पहला मरन कबूल, जीवन की छड़ा साड़ी साड़ी जिंदगी शुरू मौत तो होंदी है। ये गल चेते रखियो, आम बंदे दा जड़ा डेस्टिनेशन है ना मंजिल वा जड़ी वह मौत। बंदे दा जन्म होया, बचपना आया, जवानी आई, बुढ़ेपा आया, मौत। वध तो वध तेरी मंजिल आ मौत, जे इस तो ज्यादा तेरी मंजिल अगे मान लीए मौत तो भी अगे पता की है, तेरी शरीरक मंजिल शमशान घाट आ। शमशान घाट ते जाके तेरी जिंदगी, जिंदगी तो पहले ही मान खत्म हो गई, शरीरक शरीर भी खत्म हो गया, चिखा च पा के साड़ता। आम बंदे की मंजिल, आम बंदे का मुकाम, यदा डेस्टिनेशन मौत वा। सिख की मंजिल की मनोगे, ये मौत तो शुरू हुंदा वा, ये मौत तो शुरू हुंदी है जी जिंदगी। आ गुरु कलगीधर पातशाह का दिहाड़ा मना रहे, आ सुनियो एक गल, आखो सतनाम श्री वाहिगुरु। समा हो गया दो तीन मिनट का बख्शियो, बड़ी जल्दी 60 मिनट लंघे। आखो सतनाम श्री वाहिगुरु। वाकया तुसीं लाहा लैणा है, ये गुरु नानक देव साहब का स्थान है, ये गुरु नानक देव साहब का, हाँ हाँ, ये छेवें पातशाह का स्थान है, मेरी पीरी दे दाते दा। इत्थे शांति आ, इत्थे टिकाव आ, आनंद लैण आए जे तुसीं। करन वाले नूं भी कोई कथा करे, कीर्तन करे, उन्हूं भी इत्थे आनंद अंदरों दिल करके गुरु नाल जुड़े हो कि इत्थे आके। और यह भी कह दां, कथा कीर्तन च ते जुड़ोगे ही, ये तो सत्य। करन वाले नूं भी आनंद आएगा, सुनन वाले नूं भी आनंद आएगा, पर झोलियां अड के ना इत्थे सब ते वड्डा सतगुर नानक आया सी ना, इत्थे सब ते वड्डा सतगुर नानक आया ना इत्थे, ते गुरु नानक दे इस दर दे उत्ते आणके इदां झोलियां अड लियो। ये मैं एक प्रचारक होण दे नाते, गुरु दा गुलाम होण दे नाते तुहानूं दसदा, इत्थे प्यार च भिज के झोली अड लियो। ये वो दर आ सब ते वड्डा सतगुर नानक दा, जिथे जो मंगे ठाकुर अपने ते सोई सोई दे, सब कुछ दस की चाहिए। ये वो दर आ, ये वो घर आ जिथे कोई खाली नहीं जा सकता, खाली नहीं जा सकता। पहला मरन कबूल है, मौत तो शुरू होना। आम बंदे दी मंजिल है मौत, मौत ते जाके जिंदगी मुक गई। हुण की होया जी, विसाखी वाले दिन साजना साजिया खालसा, ते दशमेश पिता मंगदा सिर, कहिंदा सिर दो, सीस दिओ जी। ते भाई दया राम खलोता सिर देने वास्ते, जिन्हां नूं अज भाई दया सिंह कहिंदे आप, वह खलोते लै लो जी सिर। ते जिहड़े सिर्फ सवाल ही करन वाले ही ना, सिर नहीं देने उन्होंने, वह खलोते स्टेज दे कोल ते कहिंदे बाजां वालिया सिर कादे वास्ते लैणा इहदा। भाई दया राम नहीं का पुछदा भी मेरा सिर कादे लई लैणा ही ना, जिन्हें सवाल करना उन्हें सिर देना नहीं गा। सवाल बहुते उन्होंने ही करने आ जिन्हां ने कमाई नहीं की करनी, जिन्हें कमाई कर ली उन्हें तो गुरु ग्रंथ साहब को सब कुछ मिल गया। सुनियो बात, हुण वो कहिंदे सतगुरां ये भाई दया राम दा सिर कादे वास्ते लाउणा, ते बाजां वाला की बोलदा। वेखो साडी हालत पता की आ, किसे बंदे दा सीस धाड़ नालों वखरा कर दीए, सिर अलग हो जाए ते धाड़ अलग हो जाए, सिर लाया ते की मिल गई उन्हूं, मौत। किसे बंदे दा तलवार नाल शमशीर तेग नाल कोई भी हथियार उहदे नाल सिर लाता, की देती मौत। बाजां वाले नूं पुछदे आ, भाई दया राम दा सीस लाउण लगे जे सिर कादे लई लैणा, वह पता की कहिंदा दाता मेरा, बाजां वाला जिन्हां दा दिहाड़ा मना रहे जे, वह कहिंदा दया राम दा सीस लै लैणा वा, इहनूं जिंदगी दे देणी आ। हद हो गई, बड़ा विलखण आ सतगुरा, तूं दुनिया नालों वखरा। दुनिया तलवार नाल कृपान नाल किसे दा सिर लावे वो दे देंदी मौत, ते तू कहना मैं लैना आ सीस ते देना वा जीवन, लैना सीस ते देनी जिंदगी। वो एक गल होर ध्यान ना सुनियो, उन्हें सिर मंगे पांच ते सिर लए, ते सिर लै के देता जीवन, ते कला उन्हां नूं सिर उन्हां दे लै के ते जीवन ही नहीं दिता। पता अखीर च की कहिंदा, कहिंदा तुसीं सिर भेटा कीते ते तुहानूं अमृत छका के देता जीवन। कहिंदे जाओ पंज प्यारिओ, तुहानूं जीवन मैं बख्श दिता सिर लैके। कहिंदे तुसीं सारी दुनिया नूं बख्शिया करोगे,
ਇਹ ਤੁਸੀਂ ਲੋਕਾਂ ਨੂੰ ਜੀਵਨ ਦਿਆ ਕਰੋਗੇ, ਇਹ ਅਧਿਕਾਰ ਤੁਹਾਨੂੰ ਬਖਸ਼ਤਾ। ਅੱਜ ਇੱਕ ਗੱਲ ਮੈਂ ਕਰਨੀ ਹੋਰ ਸਮਾਪਤੀ ਕਰਨ ਲੱਗਾ, ਕਿਹੋ ਜਿਹਾ ਵਾ ਆਪੇ ਗੁਰਚੇਲਾ ਜਿਹਨੂੰ ਕਹਿੰਦੇ। ਇੱਕ ਆਪੇ ਗੁਰਚੇਲਾ ਦੀ ਬੜੀ ਤਕੜੀ ਦਲੀਲ ਆ, ਇਹਦੇ ਤੋਂ ਵੱਧ ਕੇ ਆਪੇ ਗੁਰਚੇਲਾ ਦੀ ਮੇਰੇ ਕੋਲ ਨਹੀਂ ਜੇ ਹੋਰ ਕੋਈ ਗੱਲ ਕੀਤੀ ਜਾ ਸਕਦੀ, ਇਹ ਸੱਚ ਜੇ। ਜਦੋਂ ਪੰਜਾਂ ਪਿਆਰਿਆਂ ਨੂੰ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਾ ਲਿਆ ਨਾ, ਅਤੇ ਮੁੜ ਕੇ ਉਹਨਾਂ ਨੇ ਛਕਣਾ ਸੀ ਆਪ, ਇਹ ਤਾਂ ਪਤਾ ਆਪਾਂ ਨੂੰ, ਫਿਰ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ, ਮੈਨੂੰ ਵੀ ਪਿਆਓ ਪੰਜ ਘੁੱਟ, ਮੇਰੀਆਂ ਅੱਖਾਂ 'ਚ ਵੀ ਮਾਰੋ ਛੱਟੇ, ਮੇਰੇ ਕੇਸਾਂ 'ਚ ਵੀ ਪਾਓ ਚੋਲੇ, ਇਹਦੇ ਛਕਾਉਂਦੇ ਨਾ ਅੰਮ੍ਰਿਤ। ਹੁਣ ਬਾਜਾਂ ਵਾਲੇ ਦਾਤੇ ਨੇ ਜੋੜੇ ਹੱਥ ਵੀ ਮੈਨੂੰ ਵੀ ਛਕਾਓ, ਸਾਰਾ ਕੁਝ ਕਿਤਾਬਾਂ 'ਚੋਂ ਨਹੀਂ ਗਾ ਮਿਲਦਾ ਹੁੰਦਾ, ਬੜਾ ਕੁਝ ਇਹੋ ਜਿਹਾ ਜਿਹੜਾ ਬਜ਼ੁਰਗਾਂ ਦੀ, ਵਿਦਵਾਨਾਂ ਵਡੇਰਿਆਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ। ਜਦੋਂ ਬਾਜਾਂ ਵਾਲੇ ਦਾਤੇ ਨੇ ਆਖਿਆ ਵੀ ਮੈਨੂੰ ਵੀ ਛਕਾਓ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਬਾਟਾ ਤਿਆਰ ਕਰ ਲਈਏ, ਪੰਜ ਬਾਣੀਆਂ ਪੜ੍ਹ ਕੇ ਅਤੇ ਬਾਟਾ ਬਣਾ ਲਈਏ ਅੰਮ੍ਰਿਤ। ਅਤੇ ਸਤਿਗੁਰੂ ਪਾਤਸ਼ਾਹ ਪਤਾ ਕੀ ਕਹਿੰਦੇ, ਕਹਿੰਦੇ ਹੋਰ ਤਿਆਰ ਕਰਨ ਦੀ ਲੋੜ ਨੀਗੀ, ਜਿਹੜੇ ਬਾਟੇ 'ਚੋਂ ਤੁਹਾਨੂੰ ਛਕਾਇਆ ਨਾ ਪੰਜਾਂ ਨੂੰ, ਉਹਦੇ ਵਿੱਚ ਅਜੇ ਅੰਮ੍ਰਿਤ ਹੈਗਾ ਵਾ, ਉਹਦੇ 'ਚੋਂ ਹੀ ਪੰਜ ਘੁੱਟ ਮੈਨੂੰ ਪਿਆ ਦਿਓ, ਉਹਦੇ 'ਚੋਂ ਛਕਾ ਦਿਓ ਮੈਨੂੰ ਵੀ ਪੰਜ ਘੁੱਟ। ਅਤੇ ਭਾਈ ਦਇਆ ਸਿੰਘ ਪਤਾ ਕੀ ਕਹਿੰਦਾ, ਕਹਿੰਦਾ ਪਾਤਸ਼ਾਹ ਇਹ ਜਿਹੜਾ ਬਾਟਾ ਨਾ ਜਿਸ ਦੇ ਵਿੱਚੋਂ ਤੁਸੀਂ ਸਾਨੂੰ ਛਕਾਇਆ, ਇਸ ਬਾਟੇ ਨੂੰ ਸਾਡੇ ਪੰਜਾਂ ਦਾ ਮੂੰਹ ਲੱਗਾ ਵਾ, ਇਹ ਬਾਟੇ ਨਾਲ ਵੀ ਮੂੰਹ ਲੱਗਾ ਸਾਡਾ, ਅਤੇ ਜਿਹੜੇ ਬਾਟੇ ਨੂੰ ਸਾਡਾ ਮੂੰਹ ਲੱਗਾ ਉਹ ਹੀ ਤੁਹਾਨੂੰ ਛਕਾ ਦਈਏ। ਗੱਲ ਸੁਣਿਓ ਧਿਆਨ ਨਾਲ, ਕਲਗੀਧਰ ਪਿਤਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਾ, ਉਹਨਾਂ ਨੂੰ ਇਸ ਗੱਲ ਦਾ ਬਹੁਤਾ ਪਤਾ ਲੱਗੂਗਾ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ, ਪੰਜ ਘੁੱਟ ਪੀਣ ਵਾਸਤੇ ਦੇਣੇ, ਪੰਜ ਅੱਖਾਂ 'ਚ ਛੱਟੇ ਮਾਰਨੇ, ਪੰਜ ਕੇਸਾਂ 'ਚ ਨਾਲ ਨਾਲ ਫਤਿਹ ਬੁਲਾਉਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਤਾਂ ਆਪਾਂ ਨੂੰ ਪਤਾ ਨਾ। ਜਦੋਂ ਸਾਰੇ ਅੰਮ੍ਰਿਤ ਛਕ ਲੈਂਦੇ ਆ ਨਾ, ਉਹ ਤੋਂ ਬਾਅਦ ਇੱਕ ਲਾਈਨ ਦੇ ਵਿੱਚ ਖੜ੍ਹੇ ਕਰਕੇ ਨਾ ਸਾਰਿਆਂ ਨੂੰ, ਅਤੇ ਇੱਕੋ ਬਾਟਾ ਫਿਰ ਸਾਰਿਆਂ ਦੇ ਮੂੰਹ ਨੂੰ ਵੀ ਲਾਇਆ ਜਾਂਦਾ, ਤਾਂ ਕਿ ਤੁਹਾਡੀ ਜਾਤ ਗੋਤ ਛੂਤ ਛਾਤ ਉੱਚੇ ਨੀਵੇਂ ਦਾ ਵਿਤਕਰਾ ਮੁੱਕ ਜੇ। ਉਦੋਂ ਮੁੱਕਣਾ ਵਾ ਜਦੋਂ ਮੂੰਹ ਨੂੰ ਲਾਇਆ ਤੁਹਾਡੇ ਬਾਟਾ, ਜਦੋਂ ਕੇਵਲ ਪੰਜ ਘੁੱਟ ਆਪਾਂ ਪੀ ਲਏ ਉਦੋਂ ਹੀ ਨਹੀਂ, ਅਜੇ ਜਦੋਂ ਬਾਟਾ ਸਾਰਿਆਂ ਦੇ ਮੂੰਹ ਨੂੰ ਲਾਇਆ ਉਦੋਂ ਤੁਹਾਡੀ ਜਾਤ ਗੋਤ ਛੂਤ ਛਾਤ ਮੁੱਕਣੀ। ਅਗਲੀ ਗੱਲ ਸੁਣਿਓ, ਕਲਗੀਧਰ ਪਿਤਾ ਕਹਿੰਦੇ ਵੀ ਇਹ ਜਿਹੜਾ ਬਾਟਾ ਜਿਹਦੇ 'ਚੋਂ ਤੁਸੀਂ ਛਕਿਆ ਨਾ, ਇਹਦੇ 'ਚੋਂ ਪੰਜ ਘੁੱਟ ਮੈਨੂੰ ਪਿਆ ਦਿਓ, ਛਕਾ ਦਿਓ। ਭਾਈ ਦਇਆ ਸਿੰਘ ਕਹਿੰਦੇ ਦਾਤਾ ਇਹ ਤਾਂ ਬਾਟਾ ਸਾਡੇ ਪੰਜਾਂ ਦੇ ਮੂੰਹ ਨੂੰ ਲੱਗਾ ਵਾ, ਅਤੇ ਕਲਗੀਧਰ ਪਾਤਸ਼ਾਹ ਨੇ ਇੱਕ ਗੱਲ ਆਖੀ, ਕਹਿੰਦੇ ਇਹੋ ਹੀ ਤਾਂ ਗੱਲ ਕੰਮ ਕਰਨਾ ਅੱਜ ਆਪਾਂ, ਇਹੋ ਹੀ ਤਾਂ ਕੰਮ ਆਪਾਂ ਅੱਜ ਕਰਨਾ ਵਾ। ਕਹਿੰਦੇ ਤੁਸੀਂ ਪੰਜੇ ਦੇ ਪੰਜੇ ਤਾਂ ਹੋ ਗਏ ਜੇ ਇੱਕ, ਤੁਸੀਂ ਇੱਕ ਬਾਟੇ 'ਚੋਂ ਛਕ ਲਿਆ ਅਤੇ ਇੱਕ ਬਾਟੇ ਨੂੰ ਮੂੰਹ ਲਾ ਕੇ ਘੁੱਟ ਪੀ ਲਿਆ, ਤੁਸੀਂ ਤਾਂ ਪੰਜੇ ਹੋ ਗਏ ਇੱਕ, ਤੁਹਾਡੀ ਜਾਤ ਗੋਤ ਛੂਤ ਛਾਤ ਜਾਤ ਪਾਤ ਦਾ ਵਿਤਕਰਾ ਗਿਆ ਮੁੱਕ। ਹੁਣ ਕਲਗੀਧਰ ਪਾਤਸ਼ਾਹ ਇਹ ਨਹੀਂ ਕਹਿੰਦੇ ਵੀ ਮੈਂ ਆਪਣੀ ਜਾਤ ਗੋਤ ਮੁਕਾਉਣੀ ਆ, ਨਹੀਂ, ਕਹਿੰਦੇ ਜਿਵੇਂ ਤੁਸੀਂ ਪੰਜੇ ਇੱਕ ਹੋ ਗਏ ਜੇ ਨਾ, ਇੱਕੋ ਬਾਟੇ 'ਚੋਂ ਪੀ ਕੇ ਉਸੇ ਬਾਟੇ 'ਚੋਂ, ਤੁਹਾਡੇ ਵਾਲੇ ਬਾਟੇ 'ਚੋਂ ਮੈਂ ਇਸ ਕਰਕੇ ਪੀਣਾ ਵਾਂ ਕਿ ਅੱਜ ਮੈਂ ਬਾਕੀ ਵਿਤਕਰੇ ਵੀ ਮੁਕਾਤੇ ਆ, ਇਹਦੇ ਵਿੱਚੋਂ ਮੈਨੂੰ ਪੰਜ ਘੁੱਟ ਇਸ ਲਈ ਪਿਆ ਦਿਓ, ਅੱਜ ਮੈਂ ਗੁਰੂ ਅਤੇ ਸਿੱਖ ਦਾ ਵਿਤਕਰਾ ਵੀ ਖਤਮ ਕਰ ਦੇਣਾ, ਅੱਜ ਮੈਂ ਗੁਰੂ ਅਤੇ ਚੇਲੇ ਦਾ ਵਿਤਕਰਾ ਵੀ ਮੁਕਾ ਦੇਣਾ ਵਾ, ਤਾਂ ਇਹਦੇ ਵਿੱਚੋਂ ਪੰਜ ਘੁੱਟ ਛਕਣੇ। ਪਹਿਲੀ ਗੱਲ ਇਹ, ਅੱਜ ਗੁਰੂ ਅਤੇ ਚੇਲੇ ਦਾ ਵੀ ਵਿਤਕਰਾ ਮੁੱਕ ਜੇ, ਔਰ ਕਮਾਲ ਦੀ ਗੱਲ ਇਹ ਵੀ ਉਹਦੇ 'ਚੋਂ ਪੀਤਾ ਪਹਿਲਾਂ ਚੇਲਿਆਂ ਨੇ ਆ, ਵੇਖੋ ਕਿੱਡੀ ਕਮਾਲ ਦੀ ਗੱਲ ਆ, ਪੀਤਾ ਪਹਿਲਾਂ ਚੇਲਿਆਂ ਨੇ ਆ, ਮੁੜ ਕੇ ਗੁਰੂ ਨੇ, ਪਰ ਜਦੋਂ ਪੀਂਦਾ ਵਾ ਉਹ ਕਹਿੰਦਾ ਹੁਣ ਤੁਸੀਂ ਗੁਰੂ ਅਤੇ ਮੈਂ, ਜਦੋਂ ਮੈਂ ਤੁਹਾਨੂੰ ਛਕਾਇਆ ਉਦੋਂ ਗੁਰੂ ਅਤੇ ਤੁਸੀਂ ਚੇਲੇ, ਹੁਣ ਮੈਂ ਤੁਹਾਡੇ ਅੱਗੇ ਗੋਡੇ ਟੇਕਤੇ ਆ, ਹੁਣ ਗੁਰੂ ਤੁਸੀਂ ਅਤੇ ਮੈਂ ਚੇਲਾ। ਕਹਿੰਦੇ ਦੋ ਗੱਲਾਂ ਦੱਸਣੀਆਂ, ਇੱਕ ਗੱਲ ਇਹ ਅੱਜ ਇਹਦੇ ਵਿੱਚੋਂ ਪੰਜ ਘੁੱਟ ਛਕ ਕੇ ਮੈਂ ਦੱਸ ਦੇਣਾ, ਅੱਜ ਮੈਂ ਗੁਰੂ ਅਤੇ ਚੇਲੇ ਦਾ ਵਿਤਕਰਾ ਵੀ ਮੁਕਾ ਦੇਣਾ ਵਾ, ਅਤੇ ਦੂਜੀ ਗੱਲ ਤੁਹਾਨੂੰ ਮੈਂ ਇਹ ਦੱਸਣੀ ਆ, ਇਸੇ ਵਿੱਚੋਂ ਪੰਜ ਘੁੱਟ ਛਕ ਕੇ ਦੱਸ ਦੇਣਾ ਚਾਹੁੰਦਾ ਵਾਂ ਕਿ ਅੰਮ੍ਰਿਤ ਜੂਠਾ ਨਹੀਂ ਹੁੰਦਾ, ਅੰਮ੍ਰਿਤ ਜੂਠਾ ਨਹੀਂ ਹੁੰਦਾ, ਇਹ ਵੀ ਦੱਸਣਾ ਮੈਂ ਤੁਹਾਨੂੰ। ਜਿਹੜਾ ਆਪ ਹੀ ਜੂਠਾ ਹੋ ਗਿਆ ਤੁਹਾਨੂੰ ਨਿਰਮਲ ਕੀ ਕਰੂਗਾ, ਤੁਹਾਨੂੰ ਸੋਚਿਆ ਕੀ ਕਰੂਗਾ, ਇਹ ਬਾਣੀ ਪੜ੍ਹ ਕੇ ਤਿਆਰ ਕੀਤਾ ਗਿਆ, ਇਹ ਖਸਮ ਦੀ ਬਾਣੀ ਤੁਹਾਨੂੰ ਪਿਆਰ ਅਤੇ ਨਿਮਰਤਾ ਦੇਵੇ, ਸ਼ਰਧਾ ਪ੍ਰੇਮ ਪੈਦਾ ਕਰੇ ਤੁਹਾਡੇ ਅੰਦਰ, ਤਾਂ ਪੜ੍ਹੀ ਆ।
ਤੇ ਖੰਡਾ ਵਿੱਚ ਲੋਹੇ ਦਾ ਘੋਲ ਕੇ ਇਸ ਕਰਕੇ ਪਿਆਤਾ ਵਾ ਕਿਤੇ ਨਿਮਰਤਾ ਤੇ ਸ਼ਾਂਤੀ ਨਾਲ ਇਕੱਲੇ ਹਾਥੀ ਨਾ ਜੋੜਦਾ ਰਵੀ, ਖੰਡਾ ਘੋਲ ਕੇ ਪੀਤਾ ਵਾ, ਅਣਖ ਤੇ ਸ਼ਾਨ ਨਾਲ ਜੀਣਾ ਵਾ, ਜੇ ਜੀਣਾ ਤੇ ਅਣਖ ਨਾਲ ਜੀਣਾ, ਜੇ ਮਰਨਾ ਆ ਤੇ ਸ਼ਾਨ ਨਾਲ ਮਰਨਾ। ਕਲਗੀਧਰ ਪਾਤਸ਼ਾਹ ਨੇ ਇਹ ਵੀ ਸਾਨੂੰ ਸਿਖਾਇਆ ਉਸ ਸਤਿਗੁਰੂ ਦਾਤੇ ਦਾ। ਅੱਜ ਪਾਵਨ ਦਿਹਾੜਾ ਤੁਸੀਂ ਮਨਾ ਰਹੇ ਹੋ, ਜਿਹੜਾ ਦਸ਼ਮੇਸ਼ ਪਿਤਾ ਜੋਤ ਉਹਾ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੀਐ। ਅੱਜ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਸ਼ਬਦ ਗੁਰੂ ਦੇ ਰੂਪ ਵਿੱਚ ਅੱਜ ਉਹ ਦਸ ਦੀਆਂ ਦਸ ਪਾਤਸ਼ਾਹੀਆਂ ਦੀ ਜੋਤ ਸਾਡੇ ਪਾਸ ਆ। ਔਰ ਖਾਲਸਾ ਪੰਥ ਜਿਸ ਵਿੱਚ ਖਾਲਸੇ ਮੈਂ ਹੂੰ ਕਰੂੰ ਨਿਵਾਸ, ਇਹ ਵੀ ਕਲਗੀਧਰ ਪਾਤਸ਼ਾਹ ਦੀ ਹੀ ਜੋਤ, ਇਹ ਜਿਉਂਦਾ ਜਾਗਦਾ ਬਾਜਾਂ ਵਾਲੇ ਦਾ ਰੂਪ, ਪੰਥ ਖਾਲਸਾ ਸੰਸਾਰ ਜਗਤ ਵਿੱਚ ਵਿਚਰ ਰਿਹਾ ਆ। ਅੱਜ ਸਹੀ ਅਰਥਾਂ 'ਚ ਖਾਲਸੇ ਬਣ ਕੇ ਦਸ਼ਮੇਸ਼ ਪਿਤਾ ਦੀ ਦਿੱਤੀ ਹੋਈ ਵਿਚਾਰਧਾਰਾ ਨੂੰ ਅਪਣਾ ਕੇ ਨਾਮ ਬਾਣੀ ਨਾਲ ਪ੍ਰੀਤ ਪਾ ਕੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ ਬਣ ਸਕਦੇ ਹਾਂ। ਕੋਟਨ ਕੋਟ ਸ਼ੁਕਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਰਹਿਮਤ ਨਾਲ ਸਾਰੀਆਂ ਸੰਗਤਾਂ 'ਚ ਬੈਠ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਾਰੀਆਂ ਸੰਗਤਾਂ ਨੇ ਬੜਾ ਲੰਬਾ ਸਮਾਂ ਟਿਕਾਓ 'ਚ ਬਹਿ ਕੇ ਵਿਚਾਰਾਂ ਸਰਵਣ ਕੀਤੀਆਂ। ਸਾਰੀਆਂ ਸੰਗਤਾਂ ਦਾ ਧੰਨਵਾਦ। ਗੁਰਦੁਆਰਾ ਸਾਹਿਬ ਦੇ ਸਾਰੇ ਹੀ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ, ਪ੍ਰਧਾਨ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ, ਸਾਰੇ ਦੇ ਸਾਰੇ ਪ੍ਰਬੰਧਕੀ ਟੀਮ, ਸਾਰਿਆਂ ਦਾ ਸਮੁੱਚੇ ਰੂਪ ਵਿੱਚ ਬਹੁਤ ਬਹੁਤ ਧੰਨਵਾਦ। ਗੁਰੂ ਬਖਸ਼ਿਸ਼ ਕਰੇ ਕੋਈ ਕਿਣਕਾ ਸਾਡੇ ਮਨ ਹਿਰਦਿਆਂ ਵਿੱਚ ਵੀ ਵੱਸ ਜਾਏ, ਤਾਂ ਕਿ ਅਸੀਂ ਵੀ ਨਾਮ ਬਾਣੀ ਨਾਲ ਸਾਂਝ ਪਾ ਕੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਸਥਾਨ, ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ, ਘਰ ਹੀ ਮੈਂ ਗੱਲ ਕਰ ਰਿਹਾ ਸਾਂ, ਵੀਰ ਜੀ ਗੁਰਪ੍ਰੀਤ ਸਿੰਘ ਹੋਰੀ ਮੇਰੇ ਨਾਲ ਆਏ, ਕੀਨੀਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨੇ, ਇਹ ਵੀ ਮੈਨੂੰ ਕਹਿੰਦੇ ਇਤਿਹਾਸਿਕ ਸਥਾਨ ਹੈ ਜੇ, ਅਤੇ ਮੈਨੂੰ ਵੀ ਨਾਲ ਲੈ ਚੱਲੋ, ਮੈਂ ਵੀ ਨਮਸਕਾਰ ਕਰਕੇ ਆਉਣਾ। ਗੁਰੂ ਚਰਨਾਂ ਵਿੱਚ ਪਹੁੰਚੇ ਆ, ਸਾਰੀਆਂ ਸੰਗਤਾਂ ਦਾ ਧੰਨਵਾਦ। ਸਮੂਹ ਸਾਰੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਦੇ ਮਨਾਏ ਜਾ ਰਹੇ ਕਲਗੀਧਰ ਦਸ਼ਮੇਸ਼ ਪਿਤਾ ਦੇ ਆਗਮਨ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ। ਅਦਬ ਸਹਿਤ ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।